मोगा की जहां पर लूटपाट की घटनाएं थमने का नाम नहीं ले रही है, वहीं इन्हीं घटनाओं का शिकार पुलिस कर्मचारी सतनाम सिंह भी हो गए। बता दें कि मोगा जिले के गांव कमाल की चौकी में तैनात हेड कांस्टेबल सतनाम सिंह बीती रात अपनी कार से चौकी थाना जा रहे थे, तभी लोहारा चौक के पास उनकी गाड़ी पंक्चर हो गई, जिसके कारण वह अपनी कार से टायर बदलने लगे और उसी दौरान कुछ लोगों ने आकर सतनाम सिंह के सर पर तेज धार से हथियार से वार कर दिया और उनका पिस्टल 9 mm छीनकर फरार हो गए हैं। वहीं इस हमले में पुलिस कर्मचारी सतनाम सिंह गंभीर रूप से घायल हुए हैं, जिन्हें प्राइवेट हॉस्पिटल में भर्ती करवाया गया है। वहीं पुलिस ने इस मामले को लेकर मामला दर्ज किया है, आगे कार्रवाई भी शुरू कर दी है। ਮੁਲਾਜ਼ਮ ਦਾ ਨਾਂ ਹੈਗਾ ਜੀ ਸਤਨਾਮ ਸਿੰਘ। ਇਹ ਚੌਂਕੀ ਕਮਾਲ ਕੇ ਮੁਨਸ਼ੀ ਲੱਗਾ ਹੋਇਆ ਸੀਗਾ। ਰਾਤੀ 9:15 ਵਜੇ ਆਪਣੇ ਘਰੋਂ ਦੂਨੇ ਕੇ ਤੋਂ ਚੌਂਕੀ ਨੂੰ ਜਾ ਰਿਹਾ ਸੀਗਾ। ਰਸਤੇ ਦੇ ਵਿੱਚ ਇਹਦਾ ਗੱਡੀ ਦਾ ਟਾਇਰ ਪੈਂਚਰ ਹੋ ਗਿਆ। ਜਦੋਂ ਆਪਾਂ ਲਹਾਰਾ 'ਚੋਂ ਦੂਨੇ ਕੇ ਨਹਿਰ ਦੇ ਉੱਤੇ ਪਹੁੰਚਦੇ ਉੱਥੇ ਜੀ ਇਹ ਆਪਣੀ ਗੱਡੀ ਦਾ ਟਾਇਰ ਚੇਂਜ ਕਰ ਰਿਹਾ ਸੀਗਾ। ਲੋਹਾਰਾ ਚੌਂਕ ਵੱਲੋਂ ਇੱਕ ਨੋਵਾ ਗੱਡੀ ਆਈ ਕਾਫੀ ਤੇਜ਼। ਉਹਨੇ ਦੱਸਿਆ ਕਿ ਵੀ ਉਹ ਆਉਂਦਿਆਂ ਸਾਰ ਹੀ ਉਹਨਾਂ ਨੇ ਮੇਰੇ ਸਿਰ ਦੇ ਵਿੱਚ ਕੋਈ ਤਿੱਖੇ ਤੇਜ਼ ਹਥਿਆਰ ਦੇ ਨਾਲ ਸੱਟ ਮਾਰੀ ਅਤੇ ਮੇਰੀ ਗੱਡੀ ਨੂੰ ਸਟਾਰਟ ਕਰਕੇ ਭਜਾਉਣ ਦੀ ਕੋਸ਼ਿਸ਼ ਕੀਤੀ। ਅਤੇ ਉਹ ਟਾਇਰ ਸੀ ਖੱਬੇ ਹੱਥ ਦਾ ਜਿਹੜਾ ਟਾਇਰ ਬਦਲ ਲਿਆ ਸੀ ਗੱਡੀ ਦਾ, ਅਤੇ ਕੋਈ 3-4 ਜਣੇ ਕਿ 5 ਸੀ ਜਣੇ, ਪੂਰੇ ਬੰਦਿਆਂ ਦਾ ਪਤਾ ਨਹੀਂ, ਉਹਨਾਂ ਨੇ ਆ ਕੇ ਬੇਟੇ ਦੇ ਸਿਰ 'ਚ ਮਾਰੇ ਧਾਪੇ ਕੁੱਪੇ ਜੀ, ਅਤੇ ਬੇਟਾ ਡਿੱਗ ਪਿਆ। ਤਕਰੀਬਨ ਕਾਫੀ ਜ਼ਿਆਦਾ ਸੱਟ ਆ। ਬੇਟੇ ਕਿੱਥੇ ਤੇ ਨਾਂ ਪੈ ਗਿਆ? ਬੇਟਾ ਮੇਰਾ ਕਮਾਲ ਕੇ ਚੌਂਕੀ ਆ, ਮੁਨਸ਼ੀ ਆ। ਤੇ ਕਿੰਨੇ ਕੁ ਵਜੇ ਦਾ ਵਾਕਿਆ ਜੀ? ਇਹ ਤਕਰੀਬਨ 9:30 ਦਾ, ਸਵਾ 10:45 ਦਾ, ਇੰਨਾ ਕੁ ਅੰਦਾਜ਼ਾ। ਪੂਰਾ ਪੂਰਾ ਟਾਈਮ ਤਾਂ ਪਤਾ ਨਹੀਂ। ਜਦੋਂ ਟਾਇਰ ਬਦਲ ਲੱਗੇ ਉਦੋਂ ਬਾਅਦ ਕੀ ਹੋਇਆ ਜੀ? ਬਸ ਉਹਨਾਂ ਨੇ ਆਉਂਦੇ ਨੇ ਗੱਡੀ ਦੇ ਨੋਵਾ ਦੀ ਸ਼ੱਕ ਆ ਸਾਨੂੰ, ਉੱਥੇ ਆਏ ਬੰਦੇ, ਠੀਕ, ਉਹਨਾਂ ਨੇ ਆ ਕੇ ਸਿਰ 'ਚ ਕੱਪ ਹੀ ਮਾਰੇ ਇਹਦੇ ਜੀ। ਇਹ ਕੋਈ ਇਹਨਾਂ ਕੋਲੇ ਅਸਲਾ ਵੀ ਸੀ? ਇਹਦਾ ਵੈਪਨ ਸੀ, ਉਹ ਵੀ ਖੋਹ ਕੇ ਲੈ ਗਏ। ਵੈਪਨ ਮੇਰੇ ਖਿਆਲ 9 mm ਹੁੰਦਾ ਕਿਹੜਾ।